ਹਾਏ ਵੇ ਅੜੇ ਤੈਨੂੰ ਗਰਮੀ ਲੱਗਦੀ ਆ, ਮੇਰੇ ਕੋਲ ਆ ਤੇ ਨਿੰਬੂ ਪਾਣੀ ਬਣਾ ਕੇ ਦੇਵਾਂ। ਗਰਮੀ ਬਹੁਤ ਜ਼ਿਆਦਾ ਆ ਤੇ ਨਿੰਬੂ ਪਾਣੀ ਬਣਾਉਣ ਲੱਗੀ ਆ, ਜਲਦੀ ਜਲਦੀ ਆ ਜਾ ਮੇਰੇ ਕੋਲ, ਠੀਕ ਹੈ ਨਾ। ਇੱਧਰ ਦੇਖ ਲਓ ਕਰਾਂ, ਚੀਨੀ ਆਪਾਂ ਘੋਲ ਦਿੱਤੀ ਆ, ਬਰਫ਼ ਵਿੱਚ ਪਾ ਦਿੱਤੀ ਆ, ਠੀਕ ਹੈ ਨਾ। ਹੁਣ ਆਪਾਂ ਨਿੰਬੂ ਨਿਚੋੜਨ ਲੱਗੇ ਹਾਂ, ਠੀਕ ਹੈ ਨਾ। ਆ ਲਓ ਜੀ, ਦੇਖੋ ਕਿੱਦਾਂ ਨਿੰਬੂ ਨਿਚੋੜਿਆ ਜਾਂਦਾ ਵਾ। ਇੱਦਾਂ ਦੀ ਨਿੰਬੂ ਨਿਚੋੜਨੀ ਲੈ ਕੇ ਆਉਣੀ ਤੁਸੀਂ ਵੀ ਵਧੀਆ ਜੀ, ਠੀਕ ਹੈ ਨਾ। ਘਟੀਆ ਜੀ ਨੇ ਚੱਕ ਲਿਆਇਓ ਭਾਈਆ, ਢੋਲ ਚ ਭਾਈਆ ਵੇ, ਆ ਕਰੀਏ ਕੋਈ ਗੱਲਬਾਤ, ਕਲਕੱਤਿਓਂ ਪੱਖੀ ਲਿਆ ਦੇ ਚੱਲਾਂਗੀ ਸਾਰੀ ਰਾਤ ਵੇ, ਕਲਕੱਤਿਓਂ ਪੱਖੀ ਲਿਆ ਦੇ ਚੱਲਾਂਗੀ ਸਾਰੀ ਰਾਤ। ਭਾਬੀ ਕਹਿੰਦੀ ਲੈ ਵੀ ਅੱਜ ਮੈਂ ਤੁਹਾਡੇ ਵੀਰੇ ਨੂੰ ਜਿੰਦੇ ਹੰਸ ਨੂੰ ਵੀ ਅੱਜ ਨਿੰਬੂ ਪਾਣੀ ਬਣਾ ਕੇ ਪਿਲਾਉਣੀ ਆ, ਚੱਲ ਤੂੰ ਪਿਲਾ ਭਰਾਵਾ ਨਿੰਬੂ ਪਾਣੀ ਬਣਾ ਕੇ ਪਿਲਾ ਕਿ ਨਹੀਂ। ਗਰਮੀ ਬਹੁਤ ਜ਼ਿਆਦਾ ਆ, ਠੀਕ ਹੈ ਨਾ। ਨਿੰਬੂ ਪਾਣੀ ਪੀਣਾ ਚਾਹੀਦਾ ਵਾ, ਬਹੁਤ ਵਧੀਆ ਹੁੰਦਾ ਸਿਹਤ ਲਈ, ਠੀਕ ਹੈ ਨਾ। ਚਾਹ ਚੂ ਵੀ ਨੀ ਇੰਨਾ ਕੰਮ ਕਰਦੀ ਕਿ ਜਿੰਨਾ ਨਿੰਬੂ ਕੰਮ ਕਰਦਾ ਵਾ, ਠੀਕ ਹੈ ਨਾ। ਹਾਂ, ਚਾਹ ਦਾ ਨੁਕਸਾਨ ਕਰਦੀ ਆ ਗਰਮੀ ਦੇ ਵਿੱਚ, ਜਦੋਂ ਨਿੰਬੂ ਪਾਣੀ ਪੀਆ ਕਰੋ, ਠੀਕ ਹੈ ਨਾ। ਵਿੱਚ ਗੂੰਦ ਕਤੀਰਾ ਵੀ ਪਾ ਲਿਆ ਕਰੋ, ਅੱਜ ਤਾਂ ਹੁਣ ਭਾਬੀ ਨੇ ਬਣਾਇਆ ਨਿੰਬੂ ਪਾਣੀ, ਇੱਦਾਂ ਹੀ ਬਣਾਉਣਾ ਤੁਸੀਂ, ਠੀਕ ਹੈ ਨਾ। ਕਿਉਂਕਿ ਭਾਬੀ ਕਹਿੰਦੀ ਹੋਰ ਕਿਸੇ ਨੂੰ ਆਉਂਦਾ ਨਹੀਂ ਹੈਗਾ ਨਿੰਬੂ ਪਾਣੀ ਬਣਾਉਣਾ, ਬਸ ਮੈਨੂੰ ਹੀ ਆਉਂਦਾ ਵਾ। ਆਹ ਦੇਖੋ ਜਰਾ, ਹੈਂ ਮੈਂ ਤਾਂ ਇਹਨੂੰ ਆਖਿਆ ਸੀ ਚਿਕਨ ਦਾ ਭੜਥਾ ਬਣਾ ਕੇ ਖਵਾ ਦੇ, ਕਹਿੰਦੀ ਨਹੀਂ ਨਹੀਂ ਗਰਮੀ ਬਹੁਤ ਆ, ਨਾ ਚਿਕਨ ਨਹੀਂ ਖਾਣਾ ਆਪਾਂ, ਤੇ ਆਪਾਂ ਨਿੰਬੂ ਪਾਣੀ ਪੀਣਾ, ਠੀਕ ਹੈ ਨਾ। ਸਕੰਜ ਵੀ ਪੀਓ, ਵੱਧ ਤੋਂ ਵੱਧ ਪਾਣੀ ਪੀਓ ਕਿ ਨਹੀਂ। ਹਾਂ, ਵਧੀਆ ਹੁੰਦਾ ਵਾ। ਤੇ ਇੱਦਾਂ ਕਰਿਆ ਕਰੋ ਜਿੱਦਾਂ ਹੁਣ ਜੀਵ ਜੰਤੂ ਪੰਛੀ ਆ ਨਾ, ਉਹਨਾਂ ਨੂੰ ਜਾ ਕੇ ਪਾਣੀ ਵੀ ਪਿਲਾ ਕੇ ਆਇਆ ਕਰੋ, ਠੀਕ ਹੈ ਨਾ। ਤੇ ਦਾਣਾ ਪਾਇਆ ਕਰੋ ਕਿ ਨਹੀਂ, ਔਰ ਕਿਤੇ ਵੀ ਤੁਹਾਨੂੰ ਦਿੰਦੇ ਨੇ ਪੰਛੀ ਉੱਥੇ ਜ਼ਰੂਰ ਪਾਣੀ ਰੱਖ ਕੇ ਆਵੋ, ਕਿਉਂਕਿ ਇਹ ਪੁੰਨ ਲੱਗਦਾ ਵਾ ਆਪਾਂ ਨੂੰ ਕਿ ਨਹੀਂ। ਹਾਂ, ਆਹ ਦੇਖੋ ਭਾਬੀ ਗੋਲ ਮਟੋਲ ਦੀ ਕੀ ਕਰਦੀ ਆ। ਮੋਟਰ ਤੇ ਜਾਵੋ, ਗਰਮੀ ਬਹੁਤ ਜ਼ਿਆਦਾ ਆ, ਠੀਕ ਹੈ ਨਾ। ਉੱਥੇ ਜਾ ਕੇ ਨਹਾਵੋ, ਸਾਬਣ ਲੈ ਕੇ ਜਾਵੋ, ਜੇ ਸਾਬਣ ਨਹੀਂ ਹੈਗੀ ਤਾਂ ਮੇਰੇ ਕੋਲੇ ਆ ਜਾਓ, ਮੈਂ ਤੁਹਾਨੂੰ ਸਾਬਣ ਲੈ ਕੇ ਦਿੰਦੀ ਆ। ਤੇ ਆ ਕੇ ਨਿੰਬੂ ਪਾਣੀ ਪੀ ਲਓ, ਠੀਕ ਹੈ ਨਾ। ਦੇਖੋ ਇੱਧਰ ਬੜਾ ਸਵਾਦ ਆ ਨਿੰਬੂ ਪਾਣੀ, ਜਿਹਨੇ ਜਿਹਨੇ ਪੀਣਾ ਵੀ ਜਲਦੀ ਜਲਦੀ ਮੇਰੇ ਕੋਲੇ ਆ ਜਾਓ, ਠੀਕ ਹੈ ਨਾ। ਕਿੱਥੇ ਆਉਣਾ ਵਾ? ਸ਼ਹਿਰ ਲੁਧਿਆਣੇ, ਹੋਰ ਕਿੱਥੇ ਆਉਣਾ ਵਾ? ਅੱਛਾ ਜੀ, ਲੁਧਿਆਣੇ ਆਉਣਾ ਵਾ। ਹਾਂਜੀ, ਬੱਲੇ ਬੱਲੇ ਆ ਗਈ ਰੁੱਤ ਸੌਣ ਦੀ, ਆ ਗਈ ਪੀਂਗਾ ਪਾਉਣ ਦੀ ਹਾਣੀਆਂ, ਆ ਜਾ ਮੈਨੂੰ ਅੜੀਕਾ ਤੇਰੀਆਂ। ਕਿਉਂਕਿ ਸਾਉਣ ਦਾ ਮਹੀਨਾ ਵੀ ਆਉਣੇ ਵਾਲਾ ਹੈ ਨਾ, ਤੇ ਸਾਉਣ ਦੇ ਮਹੀਨੇ 'ਚ ਫਿਰ ਆਪਦੀਆਂ ਭੈਣਾਂ ਕੋਲ ਸੰਧਾਰਾ ਲੈ ਕੇ ਜਾਂਦੇ ਆ ਹੈ ਨਾ, ਬਿਸਕੁਟ ਲੈ ਕੇ ਜਾਂਦੇ ਆ, ਤੇ ਕਹਿੰਦੇ ਮੈਂ ਤੁਹਾਨੂੰ ਪੈਸੇ ਵੀ ਦੇ ਕੇ ਆਉਂਦੇ ਆ ਹੈ ਨਾ, ਵੀ ਚਾਰ ਕੁੜੀਆਂ ਬੰਗਾ ਬੁੰਗਾ ਚੜਾ ਲੈਣਗੀਆਂ ਕਿ ਨਹੀਂ। ਔਰ ਸਾਰਿਆਂ ਨੂੰ ਜਾਣਾ ਚਾਹੀਦਾ ਭੈਣਾਂ ਕੋਲੇ ਕਿ ਨਹੀਂ, ਸਾਰਿਆਂ ਨੂੰ ਜਾਣਾ ਚਾਹੀਦਾ। ਹਾਂ, ਕਿਉਂਕਿ ਭੈਣਾਂ ਵੀ ਡੀਕਦੀਆਂ ਹੁੰਦੀਆਂ ਨੇ, ਭੈਣਾਂ ਕੋਈ ਕਹਿਣ ਖਾਣ ਪੀਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਹੈਗੀਆਂ, ਉਹ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ। ਉਹ ਨਾ ਦੂਰੋਂ ਹੀ ਦੇਖ ਕੇ ਵੀ ਮੇਰਾ ਵੀਰਾ ਸੰਧਾਰਾ ਲੈ ਕੇ ਆਉਂਦਾ, ਭੱਜ ਕੇ ਜਾਂਦੀਆਂ ਨੇ ਆਪਣੇ ਵੀਰੇ ਨੂੰ ਮਿਲਣ ਲਈ, ਬਹੁਤ ਚੰਗਾ ਲੱਗਦਾ ਕਿ ਨਹੀਂ। ਹਾਂ, ਡੋਰੇਮੋਨ ਦੇਖੋ ਕਿਵੇਂ ਨੱਚਦਾ ਵਾ, ਬੱਲੇ ਬੱਲੇ ਡੋਰੇਮੋਨ, ਨਾਲੇ ਨੱਚੇ ਨਾਲੇ ਸਭ ਨੂੰ ਨਚਾਵੇ, ਭਾਬੀਏ ਡੋਰੇਮੋਨ ਵਰਗੀ, ਭਾਬੀਏ ਡੋਰੇਮੋਨ ਵਰਗੀ, ਨੱਚ ਨੱਚ ਤਰਦੀ ਆ ਲਾਉਣੀ ਵੀ ਜ਼ਰੂਰ ਏ, ਰੋੜੀ ਕੁੱਟ ਡਾਂਸ ਭਾਬੀ ਦਾ ਮਸ਼ਹੂਰ ਏ। ਆ ਜਾਓ ਵੀ ਸਾਰੇ ਜਾਣੇ, ਤੁਹਾਨੂੰ ਗਲਾਸ ਭਰ ਭਰ ਕੇ ਨਿੰਬੂ ਪਾਣੀ ਪਿਲਾਉਂਦੀ ਆ, ਮੈਂ ਤੁਹਾਡੇ ਵੀਰਾਂ ਨੂੰ ਪਿਲਾਉਣ ਲੱਗੇ ਨਿੰਬੂ ਪਾਣੀ ਗਲਾਸ ਭਰ ਕੇ, ਠੀਕ ਹੈ ਨਾ। ਹਾਂਜੀ, ਜਗਦੀਪ ਸਿੱਧੂ ਦੀ ਨਵੀਂ ਫਿਲਮ ਆ ਰਹੀ ਆ ਜੱਟ ਜੂਨੀਅਰ 3, ਜਿਸ ਦੇ ਵਿੱਚ ਐਕਟਰ ਨੇ ਦਲਜੀਤ ਭਾਜੀ ਅਤੇ ਨੀਰੂ ਬਾਜਵਾ, ਇਹ 27 ਜੂਨ ਨੂੰ ਲੱਗਣੀ ਆ। ਸਾਰਿਆਂ ਨੇ ਜਾਣਾ ਟਰੈਲੀਆਂ ਭਰ ਭਰ ਕੇ ਜਾ ਕੇ ਫਿਲਮ ਦੇਖ ਕੇ ਆਉਣੀ ਆ, ਠੀਕ ਹੈ ਨਾ। ਹਾਂ, ਫਿਰ ਦੱਸਣਾ ਵਾ ਕਿਹੋ ਜਿਹੀ ਫਿਲਮ ਆਏ। ਹਾਂਜੀ, ਜੱਟ ਜੂਨੀਅਰ 3 ਅੱਜ ਮੇਰੀ ਮੰਮੀ ਨੇ ਬਣਾਇਆ ਨਿੰਬੂ ਪਾਣੀ, ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਆ ਕਮੈਂਟ ਵਿੱਚ ਜ਼ਰੂਰ ਦੱਸਣਾ। ਹੰਸ ਪਰਿਵਾਰ ਵਾਲੇ ਸਾਰੇ ਲਵ ਯੂ, ਰੱਖ ਭਰ ਕੇ ਅੱਖਾਂ ਚੁੰਮਿਆਂ ਦਾ।